ਨਮਸਕਾਰ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਮੈਂ ਹਾਂ ਪ੍ਰਮੇਂਦਰ ਕੌਰ ਪਹਿਲਾ ਪੇਜ ਨੇ ਚੁੰਡੀਆਂ ਖਬਰਾਂ ਵਿਦੇਸ਼ ਮੰਤਰੀ ਅਮਿਤ ਚਾਨੀ ਕਹੇ ਕਿ ਕਰੋਨਾ ਮਹਾਮਾਰੀ ਜੰਗ ਵਿੱਚ ਭਾਰਤ ਚੰਗੀ ਸਥਿਤੀ ਵਿੱਚ ਹੈ ਤੇ ਦੇਸ਼ ਇਸ ਬਿਮਾਰੀ ਨਾਲ ਦ੍ਰਿੜਤਾ ਅਤੇ ਜੋਸ਼ ਨਾਲ ਸਾਂਝੇ ਤੌਰ ਤੇ ਲੜ ਰਿਹਾ ਹੈ ਅਮਿਤ ਚਾਨੀ ਅੱਜ ਗੁਰਦਾਉਂ ਚ ਕੇਂਦਰੀ ਹਥਿਆਰਬੰਦ ਪੁਲਿਸ ਫੋਰਸ ਵੱਲੋਂ ਰੋਕ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਤੀ ਅਮਿਤab ਬਚਨ ਤੇ ਅਭਿਸ਼ੇਕ ਬਚਨ ਤੋਂ ਬਾਅਦ ਐਸ਼ਵਰ ਰਾਏ ਬਚਨ ਅਤੇ ਉਹਨਾਂ ਦੀ ਤੀ ਅਰਾਦੇ ਦੇਵੀ ਕੋਵਿਡ ਪੋਜ਼ਿਟਿਵ ਹੋਣ ਦੀ ਪੁਸ਼ਟੀ ਪੰਜਾਬ 'ਚ ਕਰੋਨਾ ਵਾਇਰਸ ਦੀ ਪੁਸ਼ਟੀ ਬਲੇ ਮਾਮਲਿਆਂ ਦੀ ਗਿਣਤੀ 7821 ਹੋਈ 5392 ਮਰੀਜ਼ ਇਤਯਾਬੋਕੇ ਕਰੋਂ ਕਰੀ ਪਰਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫੇਸਬੁਕ ਤੇ ਹਫਤਾਵਰੀ ਲਾਈਵ ਗੱਲਬਾਤ ਦੌਰਾਨ ਸੂਬਾ ਵਾਸੀਆਂ ਨੂੰ ਕੋਵਿਡ-19 ਸੰਬੰਧੀ ਹਦਾਇਤਾਂ ਦੀ ਸਖਤੀ ਨਾਲ ਪਾਲਣਾ ਕਰਦਿਆਂ ਇਸ ਮਹਾਮਾਰੀ ਤੋਂ ਬਚਨ ਵਿੱਚ ਆਪਣਾ ਯੋਗਦਾਨ ਦੇਣ ਦਾ ਸੱਦਾ ਦਿੱਤਾ ਸਿੱਖਿਆ ਵਿਭਾਗ ਨੂੰ ਪਿੰਡੂ ਅਤੇ ਗਰੀਬ ਪਰਿਵਾਰਾਂ ਨਾਲ ਸੰਬੰਧਿਤ ਵਿਦਿਆਰਥੀਆਂ ਲਈ ਆਨਲਾਈਨ ਸਿੱਖਿਆ ਦੇ ਬਦਲੇ ਵਿੱਚ ਪ੍ਰਬੰਧ ਕਰਨ ਦੀ ਹਦਾਇਤ ਦਿੱਤੀ ਲੌਕਡਾਊਨ ਦੇ ਚੱਲਦਿਆਂ ਦੁਬਈ ਅਤੇ ਮਲੇਸ਼ੀਆ ਚ ਫਸੇ ਪੰਜਾਬੀ ਨਾਗਰਿਕਾਂ ਨੂੰ ਸੁਰੱਖਿਅਤ ਭਾਰਤ ਲਿਆਂਦਾ ਗਿਆ ਵਤਨ ਵਾਪਸ ਆਏ ਲੋਕਾਂ ਨੇ ਸਰਕਾਰ ਦੇ ਇਸ ਉਪਰਾਲੇ ਦਾ ਦਿਲੋਂ ਧੰਨਵਾਦ ਕੀਤਾ ਸਖਿਆ ਮੰਤਰੀ ਵਿਜੇਂਦਰ ਸਿੰਘਲਾ ਅਨੁਸਾਰ ਐਲੀਮੈਂਟਰੀ ਸਕੂਲਾਂ ਦੇ ਰੱਖ-ਰਖਾ ਲਈ ਮਨਰੇਗਾ ਵਰਕਰਾਂ ਦੀਆਂ ਸੇਵਾਵਾਂ ਲਈਆਂ ਜਾਣਗੀਆਂ का दे दिव्यांग नौजवान खंडन सिंह ने पचवंजा बार खून दान करके एक नवी मिसाल पेश की थी। क्या की उम्र पर खून दान करता रहेगा ਕੇਂਦਰੀ ਗ੍ਰਹਿ ਮੰਤਰੀ ਅਮਿਤ ਜਾਨੇ ਕਿਹਾ ਕਿ ਕਰੋਨਾ ਮਹਾਮਾਰੀ ਵਿਰੁੱਧ ਜੰਗ ਵਿੱਚ ਭਾਰਤ ਚੰਗੀ ਸਥਿਤੀ ਵਿੱਚ ਹੈ ਤੇ ਦੇਸ਼ ਇਸ ਬਿਮਾਰੀ ਨਾਲ ਦ੍ਰਿੜਤਾ ਅਤੇ ਜੋਸ਼ ਨਾਲ ਲੜੇਗਾ ਅਮਿਤ ਜਾਨੇ ਅੱਜ ਗੁੜਗਾਉਂ ਦੇ ਕਾਦਰਪੁਰ ਪਿੰਡ ਵਿੱਚ ERPF ਆਫੀਸਰਸ ਅਕੈਡਮੀ ਦੇ ਕੈਂਪਸ ਵਿੱਚ ਰੁਕ ਲਗਾਉਣ ਦੀ ਮੁਹਿੰਮ ਵਜੋਂ ਇੱਕ ਬੂਟਾ ਲਗਾਉਣ ਮਗਰੋਂ ਸੰਬੋਧਨ ਕਰ ਰਹੇ ਸਨ ਅਮਿਤ ਜਾਨੇ ਕਿਹਾ ਕਿ ਦੁਨੀਆ ਦੇਖ ਰਹੀ ਹੈ ਕਿ ਜੇ ਕੋਵਿਡ-19 ਖਿਲਾਫ ਕਿਤੇ ਸਫਲਤਾ ਨਾਲ ਜੰਗ ਲੜੀ ਜਾ ਰਹੀ ਹੈ ਤਾਂ ਉਹ ਭਾਰਤ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਲੜੀ ਜਾ ਰਹੀ ਹੈ ਅਮਿਤ ਜਾਨੇ ਕਹਿ ਕੇ ਇਸ ਗੱਲ ਦਾ ਖੱਡਾ ਸੀ ਕਿ ਭਾਰਤ ਵਰਗੇ 130 ਕਰੋੜ ਦੀ ਸੰਗਣੀ ਆਬਾਦੀ ਵਾਲੇ ਮੁਲਕ ਚ ਕੋਵਿਡ ਦੀ ਚੁਣੌਤੀ ਦਾ ਸਾਹਮਣਾ ਕਿਵੇਂ ਕੀਤਾ ਜਾਪੇਗਾ ਉਹਨਾਂ ਨੇ ਕਿਹਾ ਕਿ ਭਾਰਤ ਦੀ 130 ਕਰੋੜ ਜਨਤਾ ਸਾਰੀ ਸੁਬਿਆਂ ਤੇ ਹਰ ਇੱਕ ਵਿਅਕਤੀ ਨੇ ਕੋਵਿਡ ਵਿਰੁੱਧ ਜੰਗ ਇੱਕ ਰਾਸ਼ਟਰ ਦੇ ਤੌਰ ਤੇ ਲੜੀ ਅਮਿਤ ਜਾਨ ਨੇ ਕਿਹਾ ਕਿ ਕਰੋਨਾ ਮਹਾਮਾਰੀ ਇੱਕ ਤੋਂ ਦੂਜੇ ਇਨਸਾਨ ਤੱਕ ਤੇਜ਼ੀ ਨਾਲ ਫੈਲਣ ਵਾਲੀ ਬਿਮਾਰੀ ਹੈ ਜਿਸ ਨੇ ਮਨੁੱਖੀ ਹੋਂਦ ਨੂੰ ਹੀ ਚੁਣੌਤੀ ਖੜੀ ਕਰ ਦਿੱਤੀ ਹੈ ਉਹਨਾਂ ਕੇਂਦਰੀ ਹਥਿਆਰਬੰਦ ਪੁਲਿਸ ਫੋਰਸ ਸੀਏਪੀਐਫ ਹੋਰ ਸੁਰੱਖਿਆ ਤੇ ਪੁਲਿਸ ਬਲਾਂ ਵੱਲੋਂ ਕਰੋਨਾ ਵਿਰੁੱਧ ਲੜੀ ਜਾ ਰਹੀ ਜੰਗ ਦੀ ਭਰਪੂਰ ਕੀਤੀ ਅਮਿਤ ਜਾਨ ਨੇ ਕਿਹਾ ਕਿ ਇਹਨਾਂ ਬਲਾਂ ਨੇ ਕੋਵਿਡ ਦੇ ਇਸ ਦੌਰ ਵਿੱਚ ਆਪਣੀਆਂ ਡਿਊਟੀਆਂ ਨਿਭਾਉਣ ਅਤੇ ਮਹਾਮਾਰੀ ਵਿਰੁੱਧ ਜੰਗ ਲੜਨ ਵਰਗੇ ਦੋਵੇਂ ਕੰਮਾਂ ਨੂੰ ਇੱਕ ਸਮੇਂ ਤੇ ਬਾਖੂਬੀ ਨਿਭਾਇਆ ਉਹਨਾਂ ਨੇ ਕਿਹਾ ਕਿ ਕੋਵਿਡ-19 ਦੀਆਂ ਡਿਊਟੀਆਂ ਨਿਭਾਉਂਦਿਆਂ ਸੀ ਏਪੀਐਫ ਦੇ 31 ਜਵਾਨਾਂ ਨੇ ਆਪਣੀਆਂ ਜ਼ਿੰਦਗੀਆਂ 바ਰ ਦਿੱਤੀਆਂ ਜਿਨ੍ਹਾਂ ਵਿੱਚੋਂ 10 ਸੀਆਰਪੀਐਫ ਨਾਲ ਸੰਬੰਧਿਤ ਨੇ ਅਮਿਤ ਜਾਨ ਨੇ ਪ੍ਰੋਤਸਾਹਤ ਵਾਇ ਕਿ ਇਹਨਾਂ ਦੀ ਕੁਰਬਾਨੀ ਅਜਾਈ ਨਹੀਂ ਜਾਵੇਗੀ ਤੇ ਇਹ ਬਲੀਦਾਨ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਪੇਗਾ प्रधानमंत्री मोदी जी के नेतृत्व में ये जंग को बहुत अच्छे तरीके से लड़ रहा पूरी देख रही है कि कोरोना के खिलाफ समग्र विश्व में सफल से सफल जंग अगर कहीं लड़ी गई है तो अपने भारत के अंदर लड़ी गई है प्रधानमंत्री जी के नेतृत्व में कि भारत ये जो जंग लड़ रहा है ਵਾਤਾਵਰਨ ਦੀ ਰੱਖਿਆ ਚ ਦਰਕਤਾਂ ਦੀ ਮਹੱਤਤਾ ਦਾ ਜ਼ਿਕਰ ਕਰਦਿਆਂ ਗ੍ਰਹਿ ਮੰਤਰੀ ਨੇ ਇਹਨਾਂ ਬਲਾਂ ਦੇ ਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਕਟੋ-ਕਟ ਇੱਕ ਬੂਟੇ ਨੂੰ ਗੋਦ ਲੈਣ ਅਤੇ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਇਸ ਬੂਟੇ ਦੀ ਉਦੋਂ ਤੱਕ ਰੱਖਿਆ ਕੀਤੀ ਜਾਵੇ ਜਦ ਤੱਕ ਇਹ ਉਹਨਾਂ ਦੇ ਕੱਦ ਤੋਂ ਲੰਬਾ ਨਹੀਂ ਹੋ ਜਾਂਦਾ ਅਮਿਤ ਜੀ ਨੇ ਬੂਟੀਆਂ ਨੂੰ ਆਪਣੇ ਬੱਚਿਆਂ ਦੀ ਤਰ੍ਹਾਂ ਮੰਨ ਕੇ ਪਿਆਰ ਨਾਲ ਅਤੇ ਪੂਰੀ ਦੇਖਰੇਖ ਨਾਲ ਪੋਸਣ ਲਈ ਕਿਹਾ ਉਹਨਾਂ ਨੇ ਕਿਹਾ ਕਿ ਅੱਜ ਸਾਡੇ ਸਾਹਮਣੇ ਆਲਮੀ ਤਪਸ਼ ਅਤੇ ਉਜਾਉਣ ਪਰਤ ਵਿੱਚ ਕਮੀ ਦੀ ਚੁਣੌਤੀ ਦਰਪੇਸ਼ ਹੈ ਅਮਿਤ ਜੀ ਨੇ ਕਿਹਾ ਕਿ ਸਿਰਫ ਦਰਖਤ ਹੀ ਸਾਨੂੰ ਵਾਤਾਵਰਨ ਸੰਬੰਧੀ ਚੁਣੌਤੀਆਂ ਤੋਂ ਬਚਾ ਸਕ

1 करोड़ 37 लाख 1 करोड़ 37 लाख ब्रूक्स आज हमारे जवान लगाने का अभियान चला रहे हैं बूतेल गोंडीस मुहिम दौरान केंद्रीय हथियारबंद पुलिस बलम लो तेज पर अपने वक्त कैंप्सम में इस महीने के अंत तक 1 करोड़ 37 लाख बूटे लगाए जाने का टीचा है ਪੁਰਸੇਦ ਫਿਲਮ ਅਦਾਕਾਰ ਅਮਿਤਾ ਬੱਜਨ ਅਮਿਸ਼ੇਕ ਬੱਜਨ ਐਸ਼ਵਰਿਆ ਰਾਏ ਬੱਜਨ ਅਤੇ ਉਹ ਨਦੀ ਤੀਯਾ ਰਾਧੇ ਕੋਵਿਡ-19 ਲਈ ਪੋਜ਼ਿਟਿਵ ਆਏ ਕਿਨੇ ਅਮਿਤਾ ਬੱਜਨ ਤੇ ਅਭਿਸ਼ੇਕ ਬੱਜਨ ਦਾ ਕੱਲ ਰੈਪਿਡ ਐਂਟੀਜਨ ਟੈਸਟ ਹੋਇਆ ਸੀ ਜਿਸ ਮਗਰੋਂ ਉਹਨਾਂ ਖੁਦ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਜਦਕਿ ਐਸ਼ਵਰਿਆ ਰਾਏ ਬੱਜਨ ਅਤੇ ਅਰਾਧੇ ਦੇ ਕੋਵਿਡ-19 ਟੈਸਟ ਦੀ ਰਿਪੋਰਟ ਅੱਜ ਆਈਏ ਜਿਸ ਵਿੱਚ ਉਹਨਾਂ ਦੇ ਪੋਜ਼ਿਟਿਵ ਹੋਣ ਦਾ ਪਤਾ ਲੱਗਾ ਮਹਾਰਾਸ਼ਟਰ ਦੇ ਸੇਤ ਮੰਤਰੀ ਰਾਜੇਸ਼ ਟੋਪੇ ਨੇ ਇੱਕ ਟਵੀਟ ਰਾਹੀਂ ਐਸ਼ਵਰਿਆ ਰਾਏ ਬੱਜਨ ਅਤੇ ਅਰਾਧੇ ਦੇ ਕੋਵਿਡ-19 ਦੀ ਰਿਪੋਰਟ ਨੈਗੇਟਿਵ ਆਏ ਹੈ ਅਮਿਤਾ ਭੱਜ ਨੇ ਕੱਲ ట్ਵੀਟ ਚੋਂ ਨਾ ਸਾਰੇ ਲੋਕਾਂ ਨੂੰ ਕੋਰੋਨਾ ਟੈਸਟ ਕਰਾਉਣ ਲਈ ਬੇਨਤੀ ਕੀਤੀ ਹੈ ਜੋ ਪਿਛਲੇ 10 ਦਿਨਾਂ ਤੋਂ ਉਹਨਾਂ ਨਾਲ ਸੰਪਰਕ ਵਿੱਚ ਰਹੇ ਨੇ ਫਿਲਮ ਇੰਡਸਟਰੀ ਕੇਂਦਰੀ ਸਿਹਤ ਮੰਤਰੀ ਡਾਕਟਰ ਹਰਸ਼ਵਰਧਨ ਸੂਚਨਾ ਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਪੜ ਦੇਕਰ ਤੇ ਦੋਹਾਂ ਕਲਾਕਾਰਾਂ ਦੇ ਚੌਣ ਪਾਲਿਆ ਨੇ ਦੋਹਾਂ ਦੇ ਜਲਦੀ ਸਿਹਤਯਾਬ ਹੋਣ ਦੀ ਕਾਮਨਾ ਕੀਤੀ ਹੈ ਬਾਲੀਵੁੱਡ ਅਦਾਕਾਰ ਅਨਪਮ ਖੇਰ ਨੇ ਵੀ ਆਪਣੀ ਮਾਂ ਦੁਲਾਰੀ ਪ੍ਰਾਰ ਰਾਜੂ ਪਾਬੀ ਰੀਮਾ ਤੇ ਭਤੀਜੀ ਬ੍ਰਿੰਦਾ ਦੇ ਕਰੋਨਾ ਟੈਸਟ ਪੋਜ਼ਿਟਿਵ ਆਉਣ ਦੀ ਪੁਸ਼ਟੀ ਕੀਤੀ ਹੈ ਇੱਕ ਟਵੀਟ ਸੁਨੇਹ ਹੈ ਚਨਪਮ ਖੇਰ ਨੇ ਕਿਹਾ ਕਿ ਉਸੇ ਕਰੋਨਾ ਰਿਪੋਰਟ ਨੈਗੇਟਿਵ ਆਈ ਹੁਣ ਦੱਸਿਆ ਕਿ ਮਾਂ ਨੂੰ ਇਲਾਜ ਲਈ ਮੁੰਬਈ ਦੇ ਕੋਕਲਾ ਬੇਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਇੱਕ ਵੀਡੀਓ ਸੁਨੇਹ ਹੈ ਚਨਪਮ ਖੇਰ ਨੇ ਦੱਸਿਆ ਕਿ ਉਹਨਾਂ ਦੀ ਮਾਂ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੀ ਸੀ ਖੂਨ ਦੇ ਟੈਸਟ ਦੌਰਾਨ ਕਿਸੇ ਬਿਮਾਰੀ ਦੀ ਪੁਸ਼ਟੀ ਨਹੀਂ ਸੀ ਹੋਈ ਤੇ ਮਗਰੋਂ ਕਰਵਾਏ ਗਏ ਸਿਟੀ ਸਕੈਨ ਦੌਰਾਨ ਮਾਮੂਲੀ ਕੋਵਿਡ-19 ਦੀ ਸ਼ਿਕਾਇਤ ਹੋਈ ਹੈ ਵੀਡੀਓ ਕਲਿੱਪ ਦੇ ਅਖੀਰ ਵਿੱਚ ਅਦਾਕਾਰ ਅਨ ਨਪਮਕੀਰ ਨੇ ਡਾਕਟਰਾਂ ਤੇ ਬੰਬੇ ਨਗਰ ਨਿਗਮ ਵੱਲੋਂ ਦਿੱਤੇ ਗਏ ਸਹਿਯੋਗ ਅਤੇ ਕੀਤੀ ਗਈ ਫੌਰੀ ਕਾਰਵਾਈ ਲਈ ਉਹਨਾਂ ਦਾ ਧੰਨਵਾਦ ਕੀਤਾ ਹੈ। ਅਨਪਮਕੀਰ ਨੇ ਦੱਸਿਆ ਕਿ ਉਹਨਾਂ ਦੇ ਪ੍ਰਾਦੇਕਰ ਨੂੰ ਸੈਨੀਟਾਈਜ਼ ਵੀ ਕਰ ਦਿੱਤਾ ਗਿਆ ਹੈ। ਉਸ ਦੇ ਪ੍ਰਾਤੇ ਹੋਰਨਾ ਪਰਿਵਾਰਿਕ ਮੈਂਬਰਾਂ ਨੂੰ ਕਰਵ ਕਰਵਚੀ ਇਕਾਂਤ ਵਾਸ ਵਿੱਚ ਰੱਖਿਆ ਗਿਆ ਹੈ। ਉਹ ਦਰਸਾਖ ਕ੍ਰਿਕਟ ਖਿਡਾਰੀ ਚੇਤਨ ਚੋਹਾਨ ਵੀ ਕੋਰੋਨਾ ਪੋਜ਼ਿਟਿਵ ਪਾਏ ਗਏ ਹਨ। ਉਹਨਾਂ ਨੂੰ ਲਖਨਊ ਦੇ ਸੰਜੀ ਗਾਂਧੀ ਪੀਜੀਐ ਹਸਪਤਾਲ ਚ ਦਾਖਲ ਕਰਵਾਇਆ ਗਿਆ ਹੈ। ਉਹ ਉੱਤਰ ਪ੍ਰਦੇਸ਼ ਮੰਤਰੀ ਮੰਡਲ ਵਿੱਚ ਸੈਨਿਕ ਪੁਲਾਈ ਹੋਮਗਾਰਡ ਪੀਆਰਡੀ ਅਤੇ ਸਿਵਲ ਸੁਰੱਖਿਆ ਮੰਤਰੀ ਨੇ ਪੰਜਾਬ ਵਿੱਚ ਵੀ ਕੋਵਿਡ-19 ਮਾਮਲਿਆਂ ਵਿੱਚ ਲਗਾਤਾਰ ਜਾਰੀ ਸੂਬੇ 'ਚ ਹੁਣ ਤੱਕ ਕੁੱਲ 7821 ਵਿਅਕਤੀਆਂ 'ਚ ਕਰੋਨਾ ਵਾਇਰਸ ਦੀ ਪੁਸ਼ਟੀ ਹੋਈ ਅਤੇ 199 ਲੋਕਾਂ ਦੀ ਇਸ ਬਿਮਾਰੀ ਕਾਰਨ ਮੌਤ ਹੋਈ। ਸੂਬੇ 'ਚ ਹੁਣ ਤੱਕ 5392 مریض ਕਰੋਨਾ ਵਾਇਰਸ ਤੋਂ ਠੀਕ ਹੋ ਕੇ ਘਰਾਂ ਪਰਤ ਚੁੱਕੇ ਨੇ। ਸੂਬੇ 'ਚ ਇਸ ਵੇਲੇ ਐਕਟਿਵ ਮਾਮਲਿਆਂ ਦੀ ਗਿਣਤੀ 2230 ਹੈ। ਪੰਜਾਬ 'ਚ ਅੱਜ ਕੁੱਲ 234 ਨਵੇਂ ਮਾਮਲੇ ਸਾਹਮne ਆਏ ਨੇ। ਲੁਧਿਆਣਾ 'ਚ 60 ਨਵੇਂ ਮਾਮਲੇ ਸਾਹਮne ਆਏ ਨੇ। ਮੋਹਾਲੀ 'ਤੇ ਸ਼ੀਤਪਗਤ ਸਿੰਘ ਨਗਰ 'ਚ 23 ਅਤੇ ਪਟਿਆਲਾ 'ਚ ਕੀ ਮਾਮਲੇ ਸਾਹਮne ਆਏ ਨੇ। ਸਾਅਬ ਦਾ ਕਾਂਗਰਸੀ ਸੰਸਦ ਮੈਂਬਰ ਅਤੇ ਪੰਜਾਬ ਕੈਬਨਿਟ ਚ ਮੰਤਰੀ ਰਹਿ ਮਹਿੰਦਰ ਸਿੰਘ ਕੇਪੀ ਸੁਮੇਤ ਜਲੰਧਰ ਚ ਕਰੋਨਾ ਪੋਜ਼ਿਟਿਵ ਦੇ 29 ਨਵੇਂ ਮਾਮਲੇ ਸਾਹਮਣੇ ਆਏ ਨੇ ਖਬਰ ਏਜੰਸੀ ਅਮਜ਼ਾਰਾ ਜਿਲੇ ਚੋਂ ਪੋਜ਼ਿਟਿਵ ਕੇਸਾਂ ਦੇ ਜ਼ਿਆਦਾਤਰ ਮਾਮਲੇ ਸੰਜੀ ਗਾਂਧੀ ਨਗਰ ਮਾਡਲ ਟਾਊਨ ਸ਼ੀਤ ਬਾਬੂ ਲਾਲ ਸਿੰਘ ਨਗਰ ਅਤੇ ਭੋਗਪੁਰ ਤੋਂ ਸਾਹਮਣੇ ਆਏ ਨੇ 29 ਨਵੇਂ ਮਾਮਲੇ ਸਾਹਮਣੇ ਔਰ ਨਾਲ ਹੁਣ ਜਲੰਧਰ ਵਿੱਚ ਕਰੋਨਾ ਦੀ ਪੁਸ਼ਟੀ ਵਾਲੇ ਮਾਮਲਿਆਂ ਦੀ ਗਿਣਤੀ 1200 ਤੱਕ ਪਹੁੰਚ ਗਈ ਹੈ ਜਿਨ੍ਹਾਂ ਵਿੱਚੋਂ 707 ਮਰੀਜ਼ ਸਿੱਟਜਾ ਬੁਕੇ ਕਰੀਮ ਪਰਤ ਚੁੱਕੇ ਨੇ ਇਸ ਮਹਾਮਾਰੀ ਨਾਲ ਹੁਣ ਤੱਕ ਜ਼ਿਲ੍ਹੇ ਚੀ ਜਾਨਣਾ ਗਈਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫੇਸਬੁਕ ਤੇ ਹਫਤਾਵਰੀ ਚੱਲਣ ਵਾਲੇ ਆਸਕ ਕੈਪਟਨ ਲਾਈਵ ਗੱਲਬਾਤ ਦੇ 10ਵੇਂ ਐਡੀਸ਼ਨ ਦੌਰਾਨ ਸੂਬਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਕੋਵਿਡ-19 ਦੇ ਬਾਅਦ ਦੇ ਮਾਮਲੇ ਨੂੰ ਧਿਆਨ ਵਿੱਚ ਰੱਖਦਿਆਂ ਕੋਵਿਡ-19 ਸੰਬੰਧੀ ਹਦਾਇਤਾਂ ਦੀ ਸਖਤੀ ਨਾਲ ਪਾਲਣਾ ਕਰਨ ਅਤੇ ਇਸ ਮਹਾਮਾਰੀ ਤੋਂ ਬਚਨ ਚਾਪਨਾ ਯੋਗਦਾਨ ਦੇਣ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ 'ਚ ਪਿਛਲੇ ਦਿਨਾਂ ਦੌਰਾਨ ਟੈਸਟਿੰਗ 'ਚ ਵਾਧਾ ਕੀਤਾ ਗਿਆ ਜਿਸ ਨਾਲ ਨਵੇਂ ਮਾਮਲੇ ਸਾਹਮne ਆ ਰਹੇ ਨੇ ਉਨ੍ਹਾਂ ਕਿਹਾ ਕਿ ਕਰੋਨਾ ਨਾਲ ਲੜਨ ਲਈ ਪੰਜਾਬ ਦਾ ਅੰਕੜਾ ਦੇਸ਼ ਦੇ ਲਿਹਾਜ਼ ਨਾਲ ਕਿਤੇ ਜ਼ਿਆਦਾ ਚੰਗਾ ਹੈ ਉਨ੍ਹਾਂ ਤੰਦੀਹੀ ਨਾਲ ਕੰਮ ਕਰਦੇ ਆ ਕਰੋਨਾ ਜੀਪੇਟ ਵਿੱਚ ਔਣ ਮਲੇ ਅਧਿਕਾਰੀਆਂ ਅਤੇ ਸੇਤ ਮੁਲਾਜ਼ਮਾਂ ਦੇ ਛੇਤੀ ਸੇਤ ਜਾਂ ਭੁੰਦੀ ਵੀ ਕਾਮਨਾ ਕੀਤੀ ਉਹਨਾਂ ਦੂਜੇ ਸੂਬਿਆਂ ਤੇ ਵਿਦੇਸ਼ਾਂ ਤੋਂ ਵਾਪਸ ਆਰੇ ਲੋਕਾਂ ਦੇ ਚਲਦੇ ਹਾਂ ਸੂਬੇ ਵਿੱਚ ਪਿਛਲੇ 4 ਦਿਨਾਂ ਦੌਰਾਨ 63000 ਤੋਂ ਵੱਧ ਪੰਜਾਬ ਵਾਪਸ ਪਰਤਣ ਵਾਲੇ ਵਿਅਕਤੀਆਂ ਦਾ ਜ਼ਿਕਰ ਕੀਤਾ ਉਹਨਾਂ ਦੱਸੇ ਕਿ ਇਹਨਾਂ ਲੋਕਾਂ ਦੇ ਘਰੋਂ ਕਰੀ ਜਾ ਕੇ ਡਾਕਟਰੀ ਜਾਂਚ ਕਰਨ ਦੇ ਉਪਰਾਲੇ ਕੀਤੇ ਜਾ ਰਹੇ ਨੇ ਸਕੂਲ ਫੀਸਾਂ ਦੇ ਮਾਮਲੇ ਵਿੱਚ ਪੁੱਛੇ ਗਏ ਸਵਾਲ ਦੇ ਜਵਾਬ ਚ ਮੁੱਖ ਮੰਤਰੀ ਨੇ ਕਿਹਾ ਕਿ ਹਾਈ ਕੋਰਟ ਦੇ ਫੈਸਲੇ ਤੇ ਸੂਬਾ ਸਰਕਾਰ ਵੱਲੋਂ ਚੇਤੀ ਹੀ ਹਮਨ ਪ੍ਰਚਾਰ ਅਪੀਲ ਦਾਇਰ ਕੀਤੀ ਜਾਪੇਗੀ ਉਨ੍ਹਾਂ ਕਿਹਾ ਕਿ ਸਕੂਲਾਂ ਵੱਲੋਂ ਜੇ ਵਿਦਿਆਰਥੀਆਂ ਨੂੰ ਕੋਈ ਸਹੂਲਤ ਨਹੀਂ ਮੁਹੱਈਆ ਕਰਵਾਈ ਜਾ ਰਹੀ ਤਾਂ ਉਹ ਕੇਸ ਹੱਕ ਨਾਲ ਫੀਸ ਦੀ ਮੰਗ ਕਰਦੇ ਨੇ ਮੁੱਖ ਮੰਤਰੀ ਨੇ ਸਿੱਖਿਆ ਵਿਭਾਗ ਨੂੰ ਪੇਂਡੂ ਅਤੇ ਗਰੀਬ ਪਰਿਵਾਰਾਂ ਨਾਲ ਸੰਬੰਧਿਤ ਵਿਦਿਆਰਥੀਆਂ ਨੂੰ ਆਨਲਾਈਨ ਸਿੱਖਿਆ ਦੇ ਬਦਲਵੇਂ ਪ੍ਰਬੰਧ ਕਰਨ ਦੀ ਵੀ ਹਦਾਇਤ ਦਿੱਤੀ ਲੌਕਡਾਊਨ ਦੇ ਚੱਲਦਿਆਂ ਦੁਬਈ ਚ ਫਸੇ 209 ਪੰਜਾਬੀ ਮੂਲ ਦੇ ਭਾਰਤੀ ਨਾਗਰਿਕਾਂ ਜਮ ਰ ਸਰਦੇ ਕੁਮੰਤਰੀ ਹਵਾਈ ਅੱਡੇ ਤੇ ਪੁੱਜੇ ਪਰ ਸਰਕਾਰ ਵੱਲੋਂ ਚਲਾਏ ਜਾ ਰਹੇ ਵੰਦੇ ਪਾਰਟ ਮਿਸ਼ਨ ਦੇ ਚੌਥੇ ਪੜਾਅ ਤਹਿਤ 500 ਹਵਾਈ ਉਡਾਣਾਂ ਦਾ ਸੰਚਾਲਨ ਕੀਤਾ ਜਾ ਰਿਹਾ ਹੈ ਇਹਨਾਂ ਹਵਾਈ ਉਡਾਣਾਂ ਰਾਹੀਂ ਵੱਖ-ਵੱਖ ਦੇਸ਼ਾਂ ਚ ਫਸੇ ਭਾਰਤੀਆਂ ਨੂੰ 에어 ਇੰਡੀਆ ਤੇ ਹੋਰ ਪ੍ਰਾਈਵੇਟ ਹਵਾਈ ਕੰਪਨੀਆਂ ਦੀ ਮਦਦ ਨਾਲ ਵਤਨ ਵਾਪਸ ਲਿਆਂਦਾ ਜਾ ਰਿਹਾ ਹੈ ਦੁਬਈ ਤੋਂ ਰਾਜਸਥਾਨ ਸੀਪੁਰ ਜਨਮ ਵਾਲੇ ਨਾਗਰਿਕਾਂ ਨੇ ਸਰਕਾਰ ਦੇ ਇਸ ਕਾਰਜ ਲਈ ਉਹਨਾਂ ਦਾ ਦਿਲੋਂ ਧੰਨਵਾਦ ਕੀਤਾ ਹੈ ਇਸੇ ਮਿਸ਼ਨ ਤਹਿਤ ਮਲੇਸ਼ੀਆ ਚ ਫਸੇ ਦੋ ਸੂਣੀ ਪੰਜਾਬੀ ਵੀ ਵਤਨ ਪਰਤੇ ਨੇ ਇਨ੍ਹਾਂ ਚ ਜਲੰਧਰ ਬਠਿੰਡਾ ਅੰਮ੍ਰਿਤਸਰ ਮੋਗਾ ਸਮੇਤ ਵੱਖ-ਵੱਖ ਜ਼ਿਲ੍ਹਾ ਨਾਲ ਸਬੰਧਤ ਨੌਜਵਾਨ ਮਲੇਸ਼ੀਆ ਚ ਰੋਜ਼ਗਾਰ ਦੀ ਸੋਚ ਨਾਲ ਗਏ ਸਨ ਇਹਨਾਂ ਨੂੰ ਏਜੰਟਾਂ ਨੇ ਧੋਖੇ ਨਾਲ ਸੈਲਾਨੀ ਵੀਜ਼ੇ ਤੇ ਭੇਜ ਦਿੱਤਾ ਸੈਲਾਨੀ ਵੀਜ਼ਾ ਖਤਮ ਹੋਣ ਤੇ ਮਲੇਸ਼ੀਆ ਚ ਲੁੱਕ ਕੇ ਕੰਮ ਕਰਦੇ ਫੜੇ ਗਏ ਤੇ ਸਜ਼ਾ ਪੂਰੀ ਹੋਣ ਮਗਰੋਂ ਵੀ ਲਾਕਡਾਊਨ ਕਰਕੇ ਇਹਨਾਂ ਦੀ ਵਾਪਸੀ ਚ ਮੁਸ਼ਕਲਾਂ ਪੇਸ਼ ਆ ਰਹੀਆਂ ਸਨ ਕੇਂਦਰੀ ਮੰਤਰੀ ਹਰਜਿਮਰਤ ਕੋਰ ਬਾਦਲ ਵੱਲੋਂ ਇਹ ਮਾਮਲਾ ਪਾਰ ਸਰਕਾਰ ਦੇ ਧਿਆਨ ਵਿੱਚ ਲਿਆਂਦਾ ਮਗਰੋਂ ਕੇਂਦਰ ਨੇ ਆਪਣੇ ਉਹਨਾਂ ਦਾ ਇੰਤਜ਼ਾਮ ਕੀਤਾ ਆਪਣੇ ਤੀਆਂ ਪੁੱਤਾਂ ਦੇ ਸੁਰੱਖਿਅਤ ਵਾਪਸ ਪਰਤਣ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਪਰ ਸਰਕਾਰ ਦਾ ਧੰਨਵਾਦ ਕੀਤਾ ਅਜਨਾਲਾ ਦੇ ਐਸ ਡੀ ਐਮ ਡਾਕਟਰ ਦੀਪਕ ਪਾਟਿਆ ਨੇ ਦੱਸਿਆ ਕਿ ਹਵਾਈ ਅੱਡੇ ਤੇ ਪੁੱਜਣ ਤੇ ਇਹਨਾਂ ਸਾਰਿਆਂ ਦੀ ਡਾਕਟਰੀ ਜਾਂਚ ਕਰਨ ਮਗਰੋਂ ਇਹਨਾਂ ਨੂੰ ਬੱਸਾਂ ਰਾਹੀਂ ਸਬੰਧਤ ਜ਼ਿਲ੍ਹਿਆਂ 'ਚ ਭੇਜਿਆ ਗਿਆ ਜਿੱਥੇ ਸਰਕਾਰੀ ਇਕਾਂਤ ਬਸ ਕੇਂਦਰਾਂ 'ਚ ਇਹਨਾਂ ਨੂੰ ਇੱਕ ਹਫ਼ਤਾ ਰੱਖਿਆ ਜਾਪੇਗਾ ਕੋਰੋਨਾ ਰਿਪੋਰਟ ਨੈਗੇਟਿਵ ਹੋਣ ਮਗਰੋਂ ਇਹਨਾਂ ਨੂੰ ਕਰੋ ਕਰੀ ਭੇਜਿਆ ਜਾਪੇਗਾ ਜਿੱਥੇ ਇੱਕ ਹਫ਼ਤੇ ਲਈ ਇਹ ਇਕਾਂਤ ਬਸ ਵਿੱਚ ਰਹਿਣਗੇ ਜੀ ਜਿਹੜੀ ਇੱਥੇ ਆਈ ਹੈ ਤੇ ਇਹਨਾਂ ਨੂੰ ਹਲੇ ਆਪਾਂ ਇਹਨਾਂ ਦੀ ਡਾਟਾ ਐਂਟਰੀ ਕਰ ਰਹੇ ਹਾਂ ਇਮੀਗ੍ਰੇਸ਼ਨ ਕਲੀਅਰੈਂਸ 125ਤੀ ਬੰਦੇ ਵਾਲੀ ਹੋਈ ਹੈ ਉਹਨਾਂ ਦੀ ਡਾਟਾ ਐਂਟਰੀ ਹੋ ਗਈ ਹੈ ਉਸ ਤੋਂ ਬਾਅਦ ਉਹਨਾਂ ਨੂੰ ਰਿਸਪੈਕਟਿਵ ਸਟੇਟਸ ਐਂਡ ਡਿਸਟ੍ਰਿਕਟਸ ਵਿੱਚ ਜੇ ਦੇ ਦੇਵਾਂਗੇ ਇਹਨਾਂ ਨੂੰ ਕੁਆਰੰਟਾਈਨ ਕਿੱਥੇ ਜਾਵੇਗਾ ਦੱਸਦਾ ਕਰਦੇ ਨਹੀਂ ਨਹੀਂ ਕੁਆਰੰਟਾਈਨ ਸਰਕਾਰੀ ਕੁਆਰੰਟਾਈਨ ਕੀਤਾ ਜਾਏਗਾ ਇਹਨੂੰ ਸਿਚੂਏਸ਼ਨ ਕਰ ਰਹੇ ਆਪਕ ਸ਼ਹਿਰਾਂ ਦੇ ਬਹੁਤ ਬਹੁਤ ਸ਼ਹਿਰਾਂ ਦੇ ਆ ਕੁਝ ਬਾਹਰੋਂ ਪੰਜਾਬ ਹੀ ਨੇ ਆ ਰਹੇ ਆਉਣ 40 ਤੋਂ 50% ਬੰਦੇ ਦੇ ਪੰਜਾਬ ਤੋਂ ਬਾਹਰ ਦੇ ਨੇ ਇਹ ਰਿਪੋਰਟ ਹੈ ਕਿ ਰਿਪੋਰਟਿਵ ਫਲਾਈਟ ਹੈ ਪੰਜਾਬ ਦੇ ਸਿੱਖਿਆ ਮੰਤਰੀ ਵਿਜੇਂਦਰ ਸਿੰਘਲਾ ਨੇ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਵਿਭਾਗ ਮਿਸ਼ਨ ਮੋੜ ਤਹਿਤ ਐਲੀਮੈਂਟਰੀ ਸਕੂਲਾਂ ਦੀ ਜਾਇਦਾਦ ਬਣਾਉਣ ਲਈ ਮਨਰੇਗਾ ਵਰਕਰਾਂ ਨੂੰ ਸ਼ਾਮਿਲ ਕਰੇਗੀ। ਉਨ੍ਹਾਂ ਕਿਹਾ ਕਿ ਇਹ ਉਪਰਾਲਾ ਦਿਹਾਤੀ ਲਾਗਿਆਂ ਚ ਲੋਕਾਂ ਦੀਆਂ ਦੁੱਖ ਤਕਲੀਫਾਂ ਨੂੰ ਦੂਰ ਕਰਨ ਅਤੇ ਕੋਵਿਡ-19 ਦੇ ਮੌਜੂਦਾ ਸਮਿਆਂ ਚ ਉਨ੍ਹਾਂ ਦੀ ਜ਼ਿੰਦਗੀ ਅਤੇ ਰੋਜ਼ਗਾਰ ਨੂੰ ਸੁਰੱਖਿਅਤ ਬਣਾਉਣ ਦੇ ਮੰਤਵ ਨਾਲ ਕੀਤਾ ਜਾ ਰਿਹਾ ਹੈ। ਸਿੰਘਲਾ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਦਾਨਗੀ ਹੇਠ ਹੋਈ ਸੂਬਾ ਕੈਬਨਿਟ ਦੀ ਮੀਟਿੰਗ 'ਚ ਫੈਸਲਾ ਲਿਆ ਗਿਆ ਕਿ ਸੂਬਾ ਸਰਕਾਰ 2020 ਤੋਂ 2022 ਤੱਕ ਪਿੰਡੂ ਖੇਤਰਾਂ 'ਚ ਬੁਨਿਆਦੀ ਪੰਚੇ ਦੇ ਵਿਕਾਸ ਲਈ ਉਲੀ ਕੀ ਗਈ ਰਣਨੀਤੀ ਤਹਿਤ ਇਥੇ ਰੋਜ਼ਗਾਰ ਦੇ ਮੌਕੇ ਉਪਲਬਧ ਕਰਾਉਣ ਅਤੇ ਪਿੰਡਾਂ ਚ ਵਿਕਾਸ ਨੂੰ ਯਕੀਨੀ ਬਣਾਉਣ ਲਈ ਬਖੋ ਬਕਰੇ ਫਲੈਗਸ਼ਿਪ ਪ੍ਰੋਗਰਾਮ ਹੇਠ ਆਪਣੀ ਫੰਡਾਂ ਨੂੰ ਖਰਚ ਕਰੇਗੀ। ਉਨ੍ਹਾਂ ਦੱਸਿਆ ਕਿ ਪਿੰਡ ਬਲਾਕ ਅਤੇ ਜ਼ਿਲ੍ਹਾ ਪੰਚਾਇਤਾਂ ਦੀ ਸਰਗਰਮ ਸ਼ਮੂਲੀਅਤ ਨਾਲ ਕੋਵਿਡ-19 ਤੋਂ ਬਾਅਦ ਦੇ ਮਾਹੌਲ ਨੂੰ ਉਸਾਰੂ ਬਣਾਉਣ ਦੇ ਉਪਰਾਲੇ ਕੀਤੇ ਜਾਣਗੇ। ਇਸ ਲਈ ਪਿੰਡੂ ਲੋਕਾਂ ਖਾਸ ਕਰਕੇ ਮਨਰੀਗਾ ਕਾਮਿਆਂ ਨੂੰ ਰੋਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਦਿੱਤੇ ਜਾਣਗੇ। ਸਕੂਲ ਵਿਭਾਗ ਨੇ ਪਿੰਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਸਹਿਯੋਗ ਨਾਲ ਮਹਾਤਮਾ ਗਾਂਧੀ ਪਿੰਡੂ ਰੋਜ਼ਗਾਰ ਗਰੰਟੀ ਯੋਜਨਾ ਯਾਨੀ ਮਨਰੇਗਾ ਤਹਿਤ ਪਿੰਡੂ ਖੇਤਰਾ ਚੈਲੀਮੈਂਟਰੀ ਸਕੂਲਾਂ ਦੇ ਵਿਕਾਸ ਨੂੰ ਤਰਜੀਹ ਦਿੱਤੀ ਜਾਪੇਗੀ ਉਨ੍ਹਾਂ ਕਿਹਾ ਕਿ ਇਸ ਮੌਮੇ ਤੇ ਸਕੂਲ ਸਿੱਖਿਆ ਵਿਭਾਗ ਨੂੰ ਇੱਕ ਨਿਰਪੱਖ ਲਾਗੂ ਕਰਨ ਵਾਲੀ ਏਜੰਸੀ ਵਜੋਂ ਕੰਮ ਕਰਨ ਲਈ ਅਧਿਕਾਰਿਤ ਕੀਤਾ ਗਿਆ ਹੈ ਇਸ ਤਹਿਤ ਸਕੂਲਾਂ ਦੀ ਚਾਰ ਦੀਵਾਰੀ ਕਰਨ ਨੂੰ ਮੁਰੰਮਤ ਰੱਖ-ਰਖਾ ਪਾਰਕਾਂ ਦੀ ਉਸਾਰੀ ਖੇਡ ਮੈਦਾਨ ਦੀ ਮੁਰੰਮਤ ਆਧੁਨਿਕ ਪਖਾਨੇ ਰਸੋਈ ਦੇ ਸ਼ੈੱਡ ਆਂਗਣਵਾੜੀ ਸੈਂਟਰ ਵਰਗੇ ਕੰਮਾਂ ਤੋਂ ਇਲਾਵਾ ਸਕੂਲਾਂ ਚ ਬੂਟੇ ਲਗਾਉਣ ਦੇ ਕੰਮ ਨੂੰ ਵੀ ਅੰਜਾਮ ਦਿੱਤਾ ਜਾਪੇਗਾ ਉਨ੍ਹਾਂ ਕਿਹਾ ਕਿ ਸਾਰੇ ਡਿਪਟੀ ਕਮਿਸ਼ਨਰਾਂ ਕੰਮ ਬੀਪੀਸੀ ਮਨਰੇਗਾ ਨੂੰ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਨਿੱਜੀ ਤੌਰ ਤੇ ਦਿਲਚਸਪੀ ਲੈਣ ਅਤੇ ਹਰ ਪੰਦਰਵਾੜੇ ਚ ਮਗਰੋਂ ਸਮੀਖਿਆ ਮੀਟਿੰਗਾਂ ਕਰਕੇ ਨਿਗਰਾਨੀ ਕਰਨ ਲਈ ਆਖਿਆ ਗਿਆ ਤਾਂ ਜੋ ਉਲੀਕੀਆਂ ਯੋਜਨਾਵਾਂ ਸੁਚਾਰੂ ਢੰਗ ਨਾਲ ਲਾਗੂ ਹੋ ਸਕਣ ਫਾਜ਼ਿਲਕਾ ਦੇ ਚਲਾਲਾਬਾਦੀ ਸਰਹਦੀ ਪਿੰਡ ਲਮਚੋੜ ਖੋਰਦੌਰ ਟਰੀਆਂ ਦੇ ਦਿਵਾਂਗ ਨੌਜਵਾਨ ਖੰਡਨ ਸਿੰਘ ਨੇ 55 ਵਾਰ ਖੂਨਦਾਨ ਕਰਕੇ ਇੱਕ ਨਵੀਂ ਮਿਸਾਲ ਪੇਸ਼ ਕੀਤੀ ਹੈ ਦਿਵਾਂਗ ਨੌਜਵਾਨ ਦੀਆਂ ਦੋਹੀ ਲੱਤਾਂ ਕੰਮ ਨਹੀਂ ਕਰਦੀਆਂ ਤੇ ਉਹ ਚੱਲ ਫਿਰ ਵੀ ਨਹੀਂ ਸਕਦਾ ਜ਼ਿੰਦਗੀ ਜਿਉਂ ਲਈ ਪੇਛੇ ਵਜੋਂ ਦਰਜੀ ਦਾ ਕੰਮ ਕਰਨ ਵਾਲਾ ਖੰਡਨ ਸਿੰਘ ਬੇਰੁਜ਼ਗਾਰ ਬੀਏ ਅਧਿਆਪਕ ਦੇ ਕੁਦਰਤੀ ਤੌਰ ਤੇ ਸਰੀਰ ਨੂੰ ਮਾਰ ਪੈਣ ਦੇ ਬਾਵਜੂਦ ਉਸ ਨੇ ਮਨੁੱਖਤਾ ਦੀ ਸੇਵਾ ਨੂੰ ਆਪਣਾ ਫਰਜ਼ ਮੰਨਦਿਆਂ 55 ਵਾਰ ਖੂਨਦਾਨ ਕੀਤਾ ਹੈ ਦਿਵਾਂਗ ਨੌਜਵਾਨ ਦਾ ਕਹਿਣਾ ਹੈ ਕਿ ਉਸ ਨੇ ਖੂਨਦਾਨ ਕਰਨ ਦੀ ਸ਼ੁਰੂਆਤ ਲੋਕਾਂ ਦੇ ਮਨਾਂ ਵਿੱਚੋਂ ਇਹ ਡਰ ਕੱਢਣ ਲਈ टीसी ਕੀ ਖੂਨਦਾਨ ਕਰਨ ਨਾਲ ਸਰੀਰ ਨੂੰ ਨੁਕਸਾਨ ਹੁੰਦਾ ਹੈ ਉਸ ਨੇ ਦੱਸਿਆ ਹੈ ਕਿ ਖੂਨਦਾਨ ਕਰਨਾ ਇੱਕ ਵੱਡਾ ਪੁੰਨ ਹੈ ਤੇ ਅਜਿਹਾ ਕਰਕੇ ਉਹ ਮਾਣ ਮਹਿਸੂਸ ਕਰਦਾ ਹੈ ਖੰਡਨ ਸਿੰਘ ਨੇ ਜ਼ਿੰਦਗੀ ਪਰ ਖੂਨਦਾਨ ਕਰਨ ਦਾ ਪ੍ਰਣ ਲਿਆ ਹੈ 55 ਰ ਬਲੱਡ ਦੇ ਚੁੱਕਾ 54 ਰ ਬਲੱਡ ਦੇ ਚੁੱਕਿਆ ਮੈਂ ਬਲੱਡ ਦੇਣ ਦਾ ਮਕਸਦ ਇਹੀ ਹੈ ਮੇਰਾ ਕਿ ਤੇ ਲੋਕਾਂ ਦੀ ਜਾਨਾਂ ਬਚ ਸਕਣ ਕਿਉਂਕਿ ਲੋਕ ਐਕਸੀਡੈਂਟ ਨਾਲ ਮਰ ਰਹੇ ਨੇ ਇੱਕ ਡਾਰਸੀਗਾ ਲੋਕਾਂ ਨੂੰ ਬਲੱਡ ਦੇਣਾ ਭਈ ਮੇਰੀ ਡੈਥ ਨਾ ਹੋ ਜਾਏ ਇਹ ਮੈਂ ਲੋਕਾਂ ਦੇ ਡਾਰ ਕਰਨਾ ਚਾਹੁੰਦਾ ਸੀਗਾ ਕਿ ਮੈਂ ਬਲੱਡ ਦੇਵਾਂ ਦਾ ਇੱਥੇ ਏਡੀ ਦੇਈ ਤੇ ਬੈਂਕ ਨੌਜਵਾਨ ਦੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਕਿ ਉਹਨਾਂ ਨੂੰ ਮਾਣ ਹੈ ਕਿ ਉਹਨਾਂ ਦੇ ਪਰਿਵਾਰ ਦਾ ਇੱਕ ਜੀ ਲੋਕਾਂ ਦੀਆਂ ਜ਼ਿੰਦਗੀਆਂ ਬਚਾਉਣ ਲਈ ਆਪਣਾ ਖੂਨ ਦਾਨ ਕਰ ਰਿਹਾ ਹੈ ਇੰਗਲੈਂਡ ਅਤੇ ਵੈਸਟ ਇੰਡੀਜ਼ ਦੀਆਂ ਟੀਮਾਂ ਵਿਚਾਲੇ ਖੇਡੀ ਜਾ ਰਹੀ ਮੌਜੂਦਾ ਕ੍ਰਿਕਟ ਟੈਸਟ ਲੜੀ ਦਾ ਪਹਿਲਾ ਮੈਚ ਰੋਮਾਂਚਕ ਸਥਿਤੀ ਵਿੱਚ ਪਹੁੰਚ ਗਿਆ ਹੈ। ਵੈਸਟ ਇੰਡੀਜ਼ ਦੇ ਜੇ ਬਲੈਕਬੁਡ ਨੇ 5ਵੀਂ ਵਿਕਟ ਲਈ ਸ਼ਾਨਦਾਰ ਪਾਰੀ ਖੇੜਦੇ ਹੋਏ ਟੀਮ ਨੂੰ ਮਜ਼ਬੂਤ ਸਥਿਤੀ ਵਿੱਚ ਪਹੁੰਚਾਇਆ ਹੈ। ਸਾਊਥ ਹੈਮਪਟਨ 'ਚ ਖੇਡੇ ਗੇ ਇਸ ਮੈਚ 'ਚ ਇੰਗਲੈਂਡ ਦੀ ਟੀਮ ਨੇ ਪਹਿਲੀ ਪਾਰੀ 'ਚ 204 ਅਤੇ ਵੈਸਟ ਇੰਡੀਜ਼ ਦੀ ਟੀਮ ਨੇ 318 ਦੌੜਾਂ ਬਣਾਈਆਂ ਸਨ। ਮੈਚ ਦੇ 5ਵੇਂ ਤੇ ਆਖਰੀ ਦਿਨ ਇੰਗਲੈਂਡ ਦੀ ਟੀਮ ਨੇ ਅੱਜ ਦੂਜੀ ਪਾਰੀ 'ਚ 194 ਦੌੜਾਂ ਤੋਂ ਅੱਗੇ ਖੇਡ ਅੱਛਾ ਕਰਦੇ ਹਾਂ ਵੈਸਟ ਇੰਡੀਜ਼ੀ ਟੀਮ ਨੇ ਖਬਰਾਂ ਲਿਖੇ ਜਾਣ ਤੱਕ ਪੰਜ ਵਿਕਟਾਂ ਦੇ ਨੁਕਸਾਨ ਤੇ 178 ਦੌੜਾਂ ਬਣਾ ਲੀਆਂ ਸਨ ਤੇ ਇਸ ਦੇ ਨਾਲ ਹੀ ਖਬਰਾਂ ਦੇ ਬਲਟਨ ਖਤਮ ਹੋਇਆ ਨਮਸਕਾਰ